ਜੀ ਆ ਦੇਖੋ ਸੱਜਣ ਜੀ, ਮੈਂ ਤੁਹਾਨੂੰ ਕਿਹਾ ਸੀਗਾ ਵੀ ਦੁਬਈ ਦੇ ਵਿੱਚ ਆਪਣਾ ਸ਼ੇਖਾਂ ਨੇ ਆ ਲਾਈ ਆ ਐਲੋਵੀਰਾ, ਆਹ ਵੇਖੋ ਐਲੋਵੀਰਾ ਲਾ ਕੇ ਚੌਂਕ ਦੇ ਵਿੱਚ ਇਹ ਲਾਈ ਆ ਟਾਊਨ ਬੋਰਡ ਦੇ ਵਿੱਚ, ਅਤੇ ਕਿੰਨਾ ਸੋਹਣਾ ਲੱਗਣ ਡਿਆ। ਚਾਰ ਸਵੇਰੇ ਲੱਗੀ ਹੋਈ ਹੈ ਇਹਦੇ ਆ ਚੌਂਕ ਦੇ, ਕੁਵਾਰ ਵੀ ਕਹਿੰਦੇ ਆ, ਐਲੋਵੀਰਾ ਕਹਿੰਦੇ ਆ, ਐਲੋਵੀਰਾ ਜੈੱਲ ਵੀ ਕਹਿੰਦੇ, ਇਹਦੀਆਂ ਹੋਰ ਵੀ ਬੜੀਆਂ ਪ੍ਰਜਾਤੀਆਂ ਹੈਗੀਆਂ ਵਾ, ਉਹ ਵੀ ਤੁਹਾਨੂੰ ਦੱਸਾਂਗੇ। ਐਲੋਵੇਰਾ ਬਹੁਤ ਸਾਰੇ ਕੁਦਰਤੀ ਗੁਣਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਅਤੇ ਸੁੰਦਰਤਾ ਲਈ ਬਹੁਤ ਗੁਣਕਾਰੀ, ਅਤੇ ਇਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾਂਦੀਆਂ, ਅਤੇ ਐਲੋਵੇਰਾ ਵੇਖਣ ਨੂੰ ਇੱਕ ਆਮ ਜਿਹਾ ਪੌਦਾ ਲੱਗਦਾ, ਪਰ ਇਸ ਦੇ ਗੁਣਾਂ ਦਾ ਕੋਈ ਅੰਤ ਨਹੀਂ, ਕਿਉਂਕਿ ਇਹ ਬਹੁਤ ਸਾਰੇ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਤੇ ਭਾਰਤ ਵਿੱਚ ਇਹ ਪ੍ਰਾਚੀਨ ਕਾਲ ਤੋਂ ਗੁਆਰ ਪਾਠਾ, ਕੁਆਰ ਗੰਦਲ ਜਾਂ ਕਿਰਤ ਕੁਮਾਰੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਕੰਢੇਦਾਰ ਪੌਦਾ, ਜਿਸ ਵਿੱਚ ਬਿਮਾਰੀਆਂ ਨੂੰ ਖਤਮ ਕਰਨ ਦੇ ਗੁਣ ਕੁੱਟ ਕੁੱਟ ਕੇ ਭਰੇ ਹੋਣ ਕਰਕੇ ਇਸ ਨੂੰ ਆਯੁਰਵੈਦ ਵਿੱਚ ਕਿਰਤ ਕੁਮਾਰੀ ਦਾ ਖਿਤਾਬ ਦਿੱਤਾ ਗਿਆ, ਅਤੇ ਦਵਾਈਆਂ ਦੀ ਦੁਨੀਆ ਵਿੱਚ ਇਸ ਨੂੰ ਸੰਜੀਵਨੀ ਬੂਟੀ ਵੀ ਮੰਨਿਆ ਗਿਆ ਹੈ। ਐਲੋਵੇਰਾ ਸੁਭਾਅ ਤੋਂ ਗਰਮ ਅਤੇ ਖਾਣ ਵਿੱਚ ਬਹੁਤ ਪੌਸ਼ਟਿਕ ਮੰਨਿਆ ਗਿਆ, ਅਤੇ ਚਮੜੀ ਉੱਪਰ ਲਗਾਉਣਾ ਵੀ ਉਨਾ ਹੀ ਪੌਸ਼ਟਿਕ ਮੰਨਿਆ ਗਿਆ। ਅਤੇ ਐਲੋਵੇਰਾ ਦਾ ਗੁੱਦਾ ਜਾਂ ਜੈੱਲ ਕਹਿ ਲਵੋ, 2 ਤੋਂ 4 ਚਮਚ ਖਾਲੀ ਪੇਟ ਲੈਣ ਨਾਲ ਸਰੀਰ ਵਿੱਚ ਤਾਕਤ ਅਤੇ ਚੁਸਤੀ ਬਣੀ ਰਹਿੰਦੀ ਆ, ਅਤੇ ਹੋਰ ਬਵਾਸੀਰ, ਸ਼ੂਗਰ, ਪੇਟ ਦੀ ਖਰਾਬੀ, ਜੋੜਾਂ ਦਾ ਦਰਦ, ਚਮੜੀ ਦੀ ਖਰਾਬੀ, ਕਿੱਲ, ਫਿਣਸੀਆਂ, ਰੁੱਖੀ ਸੁੱਕੀ ਚਮੜੀ, ਧੁੱਪ ਵਿੱਚ ਝੁਲਸੀ ਚਮੜੀ, ਝੁਰੜੀਆਂ, ਦਾਗ, ਧੱਬੇ, ਅੱਖਾਂ ਦੇ ਕਾਲੇ ਘੇਰੇ, ਫੱਟੀ ਅੱਡੀਆਂ ਨੂੰ ਆਰਾਮ ਮਿਲਦਾ ਹੈ। ਅਤੇ ਇਸ ਦਾ ਗੁੱਦਾ ਜਾਂ ਜੈੱਲ ਕੱਢ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਾਉਣਾ ਚਾਹੀਦਾ ਹੈ। ਇਸ ਦੇ ਨਾਲ ਵਾਲ ਕਾਲੇ, ਲੰਮੇ, ਸੰਘਣੇ ਅਤੇ ਮਜ਼ਬੂਤ ਬਣ ਜਾਂਦੇ ਆ। ਹੋਰ ਕੁਵਾਰ ਗੰਦਲ ਭੁੱਖ ਵਧਾਉਂਦੀ ਆ, ਪੇਟ ਨੂੰ ਸਾਫ਼ ਰੱਖਦੀ ਆ, ਪਾਚਨ ਕਿਰਿਆ ਸਹੀ ਕਰਦੀ ਆ। ਕੁਵਾਰ ਗੰਦਲ ਜਿਗਰ ਦੇ ਵਿਕਾਰ, ਅਨੀਮੀਆ, ਪੀਲੀਆ ਅਤੇ ਤਿੱਲੀ ਵਰਗੇ ਰੋਗਾਂ ਦਾ ਨਾਸ਼ ਕਰਦੀ ਆ, ਅਤੇ ਸਰੀਰ ਵਿੱਚੋਂ ਕਈ ਤਰ੍ਹਾਂ ਦੇ ਜ਼ਹਿਰੀਲੇ ਤੱਤਾਂ ਨੂੰ ਖਤਮ ਕਰ ਦਿੰਦੀ ਹੈ। ਐਲੋਵੀਰਾ ਯਾਨੀ ਕਿ ਕੁਵਾਰ ਗੰਦਲ ਨੂੰ ਹਰ ਘਰ ਵਿੱਚ ਲਾਉਣਾ ਚਾਹੀਦਾ ਵਾ, ਬੜੀ ਥੋੜ੍ਹੀ ਜਗ੍ਹਾ ਵਿੱਚ ਲੱਗ ਜਾਂਦੀ ਆ, ਜਾਂ ਗਮਲੇ ਵਿੱਚ ਵੀ ਲਾਈ ਜਾਂਦੀ ਆ, ਅਤੇ ਇਹਦੀ ਸਬਜ਼ੀ ਵੀ ਬਣਾਈ ਜਾਂਦੀ ਆ, ਇਹਦਾ ਅਚਾਰ ਵੀ ਪਾਇਆ ਜਾਂਦਾ ਵਾ, ਮਤਲਬ ਕਿ ਭਾਵੇਂ ਸਬਜ਼ੀ ਬਣਾ ਕੇ ਵੀ ਖਾ ਸਕਦੇ ਹਾਂ, ਅਚਾਰ ਪਾ ਕੇ ਵੀ ਰੱਖ ਸਕਦੇ ਹਾਂ। ਅਤੇ ਇਹ ਆਪਣਾ ਹੈਗੀ ਆ ਕੁਵਾਰ ਸ਼ੇਖਾਂ ਨੇ ਲਾਈ ਆ ਰਾਊਂਡ ਬੋਰਡ ਦੇ ਵਿੱਚ, ਬਹੁਤ ਥਾਵਾਂ 'ਤੇ ਲੱਗੀ ਆ, ਇਹਨਾਂ ਨੇ ਰਾਂਝ ਵੀ ਲਾਈ ਆ ਬਿਲਡਿੰਗਾਂ 'ਚ, ਹੋਟਲਾਂ ਦੇ ਵਿੱਚ, ਕਿੰਨੀ ਸੋਹਣੀ ਲੱਗ ਗਈ। ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਜੜੀ ਬੂਟੀਆਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਗੀ, ਜ਼ਿਆਦਾ ਦੇਖ ਰੇਖ ਦੀ ਲੋੜ ਨਹੀਂ, ਅਤੇ ਆਹ ਵੇਖੋ ਲਾਈ ਆ, ਅਤੇ ਕਿੰਨੀ ਸੋਹਣੀ ਲੱਗਣ ਡਈ ਹੈਗੀ ਆ। ਅਤੇ ਮੈਂ ਤੁਹਾਨੂੰ ਦੂਜੀਆਂ ਵੀ ਬੜੀਆਂ ਜੜੀ ਬੂਟੀਆਂ ਦੱਸ ਚੁੱਕਾ ਵਾਂ, ਮੈਂ ਤੁਹਾਨੂੰ ਹੋਰ ਵੀ ਦੱਸੂੰਗਾ। ਅੱਗੇ ਉਹ ਬੋਗਨਵਿਲੀਆ ਲੱਗਿਆ ਹੋਇਆ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਗੋਲਨ, ਤਰਸੇਮ ਸਿੰਘ, ਤਰਨ ਤਾਰਨ, ਪੰਜਾਬ।